ਸਾਰਿਆਂ ਨੂੰ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਡੀ ਆਪਾਂ ਕੱਢ ਲਈ ਕਿਉਂਕਿ ਆਪਾਂ ਜਾਣਾ ਭੂਆ ਜੀ ਦੇ ਘਰ। ਮਸਟੈਂਗ ਦੀ ਬੈਟਰੀ ਖਰਾਬ ਹੋ ਗਈ ਸੀਗੀ, ਸੋ ਇਸ ਕਰਕੇ ਸਾਰਾ ਕੁਝ ਮੈਂ ਦੁਬਾਰਾ ਨਵੀਂ ਬੈਟਰੀ ਰਖਾਈ ਹੈ, ਕਿਉਂਕਿ ਮੈਂ ਜਾਣ ਲੱਗੇ ਕੱਢ ਕੇ ਨਹੀਂ ਗਿਆ ਸੀਗਾ। ਪਲੈਨ ਇੱਕ ਮਹੀਨੇ ਦਾ ਸੀਗਾ, ਹੌਲੀ ਹੌਲੀ ਪਲੈਨ ਆਪਣਾ ਐਕਸਟੈਂਡ ਹੁੰਦਾ ਗਿਆ। ਸੋ ਕੱਲ੍ਹ ਆਪਣਾ ਫਰੈਂਡ ਆਇਆ ਸੀਗਾ ਜੀ, ਉਹ ਬੈਟਰੀ ਚੇਂਜ ਕਰ ਗਿਆ, ਅਤੇ ਆਪਾਂ ਹੁਣ ਭੂਆ ਜੀ ਵੱਲ ਹੀ ਚੱਲਦੇ ਹਾਂ। ਮੈਂ ਹੁਣ ਇੱਕ ਗੇੜਾ ਦਿੱਤਾ ਸੀ ਮਸਟੈਂਗ ਦੇ ਵਿੱਚ ਪਹਿਲਾਂ ਅੰਗਦ ਅਤੇ ਸ਼ਰਨ ਨੂੰ ਬਿਠਾਉਣ ਤੋਂ ਪਹਿਲਾਂ, ਤਾਂ ਮੈਨੂੰ ਥੋੜ੍ਹੀ ਜਿਹੀ ਸਟਿਫ ਜੀ ਲੱਗੀ, ਪ੍ਰੋਬੇਬਲੀ ਇਹਦਾ ਕੰਮ ਹੋਣੇ ਵਾਲਾ ਹੋਣਾ। ਬਹੁਤ ਦਿਨ ਬਾਅਦ ਕੈਨੇਡਾ ਦੇ ਵਿੱਚ ਗੱਡੀ ਚਲਾਉਣੀ ਹੈ। ਮੈਂ ਇਦੋਂ ਪਹਿਲਾਂ ਇੱਕ ਦੋ ਗੇੜੇ ਲਾ ਕੇ ਆਇਆ, ਮੈਂ ਕਿਹਾ ਕਿਤੇ ਕੁਛ ਖਰਾਬ ਤਾਂ ਨਹੀਂ ਹੈਗਾ ਖਾਸ, ਅਤੇ ਮੈਨੂੰ ਸਟਿਫ ਜੀ ਲੱਗੀ ਗੱਡੀ, ਬਹੁਤ ਸਟੀਅਰਿੰਗ ਜਿਹਾ ਇੰਨਾ ਜ਼ਿਆਦਾ ਸਟਿਫ ਹੋਇਆ ਪਿਆ ਵਾ, ਅਤੇ ਔਖਾ ਵੀ ਆ ਬਿਠਾਉਣ ਲੱਗੀ ਸਾਡੀ ਬੱਸ ਫੂਗੀ। ਬਿਠਾਉਣਾ ਵੀ ਨਹੀਂ, ਇਹ ਵੀ ਛੋਟਾ ਸੀਗਾ, ਆਪਾਂ ਨੂੰ ਅੰਦਰੋਂ ਤਿਆਰ ਕਰਨ ਨੂੰ, ਫਿਰ ਅੰਗਦ ਰੋਣ ਲੱਗ ਗਿਆ, ਬਾਹਲਾ ਕੁਛ। ਸੋ ਇਹਨੇ ਆਪਾਂ ਚੱਲਦੇ ਹਾਂ ਜੀ। ਕਿੰਨੀਆਂ ਸਾਰੀਆਂ ਹਾਸੇ ਆਉਂਦੀਆਂ ਨੇ। ਵੈਸੇ ਸਰਵਿਸ ਤਾਂ ਮੈਂ ਇਹਦੀ ਜਾਣ ਤੋਂ ਪਹਿਲਾਂ ਕਰਾਈ ਸੀਗੀ, ਪਰ ਮੈਨੂੰ ਗੱਡੀ ਬਹੁਤ ਜ਼ਿਆਦਾ ਸਟਿਫ ਲੱਗ ਰਹੀ ਹੈ। ਤੁਸੀਂ ਦੱਸਿਓ ਵੀ ਕੀ ਕਾਰਨ ਹੋ ਸਕਦਾ। ਚਲੋ ਮੈਂ ਕਾਰ ਵਾਸ਼ ਦੇ ਵਿੱਚ ਉਹਦੀ ਤਾਂ ਇੱਕ ਵਾਰੀ ਕੱਢ ਦੂੰਗਾ। ਬਹੁਤ ਭੁਲੇਖਾ ਜਿਹਾ ਪਈ ਜਾਂਦਾ ਵਾ, ਜਿਵੇਂ ਪਹਿਲਾਂ ਮੈਨੂੰ ਉੱਥੋਂ ਜੋ ਕੀਆ ਚਲਾਉਣ ਲੱਗਿਆ ਸੀਗਾ, ਉਹਦੇ ਇੰਡੀਕੇਟਰ ਇੱਧਰਲੇ ਪਾਸੇ ਸੀਗੇ ਅਤੇ ਵਾਈਪਰ ਇੱਧਰਲੇ ਪਾਸੇ ਸੀਗੇ। ਸੋ ਇਹਦੇ ਜਮ੍ਹਾਂ ਉਲਟ ਨੇ, ਮਤਲਬ ਇਹਦੇ ਸਹੀ ਨੇ, ਉਹਦੇ ਜਮ੍ਹਾਂ ਉਲਟ ਨੇ। ਅਤੇ ਹੁਣ ਮੈਂ ਫਿਰ ਜਦੋਂ ਮੈਂ ਇੰਡੀਕੇਟਰ ਦੇਣਾ ਹੁੰਦਾ, ਮੈਂ ਪਹਿਲਾਂ ਵਾਈਪਰ ਛੱਡ ਲੈਣਾ, ਅਗਲਾ ਦੇਖਦਾ ਵੀ ਨਾ ਮੀਂਹ ਪੈਂਦਾ ਨਾ ਪਾਣੀ ਛੱਡਿਆ, ਇਹ ਅਸੀਂ ਖਾਲੀ ਉਹ ਘੁਮਾਈ ਜਾਂਦਾ ਵਾ। ਯਾਰ ਮੇਰਾ ਵੈਸੇ ਕਹਿਣ ਨੂੰ ਜੀ ਨਹੀਂ ਕਰ ਰਿਹਾ, ਪਰ ਸੱਚੀ ਉਹ ਬਾਹਲੀ ਜ਼ਿਆਦਾ ਅਨਕੰਫਰਟੇਬਲ ਲੱਗ ਰਹੀ ਆ ਐਜ਼ ਕੰਪੇਅਰ ਟੂ ਕੀ ਆ। ਮੈਂ ਸੋਚਿਆ ਨਹੀਂ ਸੀ ਮੈਂ ਜ਼ਿੰਦਗੀ ਦੇ ਵਿੱਚ ਇਹ ਲਾਈਨ ਕਹੂੰਗਾ ਵੀ ਮਸਟੈਂਗ ਮੈਨੂੰ ਅਨਕੰਫਰਟੇਬਲ ਲੱਗ ਰਹੀ ਹੈ, ਪਰ ਜਿਵੇਂ ਹੁਣ ਪਿੱਛੇ ਅੰਗਦ ਬਿਠਾਇਆ ਹੋਇਆ ਵਾ ਨਾ, ਅਤੇ ਇਹਦੇ ਕਰਕੇ ਹੁਣ ਕਾਰ ਮੈਂ ਜਮ੍ਹਾਂ ਮੂਹਰੇ ਕੀਤੀ ਹੋਈ ਆ, ਤੁਹਾਨੂੰ ਪਤਾ ਸੁੱਖ ਨਾਲ ਕੱਦ ਕੁੱਦ ਵੀ ਹੈਗੇ ਨੇ ਤਾਂ ਗੋਡੇ ਵੱਜਦੇ ਆ ਮੇਰੇ ਮੂਹਰੇ, ਉਨਾ ਕੰਫਰਟੇਬਲ ਨਜ਼ਾਰਾ ਨਹੀਂ ਆ ਰਿਹਾ ਡਰਾਈਵ ਕਰਨ ਦਾ। ਨਹੀਂ ਤਾਂ ਜਮ੍ਹਾਂ ਸੀਟ, ਨਹੀਂ ਤਾਂ ਪਿੱਛੇ ਕਰਕੇ ਫਿਰ ਜਿੰਨੀ ਮਰਜ਼ੀ ਦੇ ਵੱਲੋਂ। ਅਤੇ ਸ਼ਰਨ ਉੱਧਰ ਗਈ ਹੋਈ ਆ ਸਮੋਸੇ ਸਮੋਸੇ ਲੈਣ, ਸੋ ਆਪਾਂ ਲੈ ਕੇ ਚੱਲਦੇ ਹਾਂ ਭੂਆ ਜੀ ਹੁਣਾ ਕੰਨੀ। ਹੈਲੋ ਹੈਲੋ ਜੀ, ਉਹ ਕੀ ਕਹਿੰਦੇ ਆ, ਮੈਂ ਇੰਨਾ ਸਮਾਨ ਲੈ ਆਈ ਜੀ। ਵਧੀਆ ਅਤੇ ਤੁਹਾਨੂੰ ਵਧੀਆ ਲੱਗੂਗਾ ਜਦ ਦੇਖੋਗੇ। ਠੀਕ ਹੈ, ਸਰਪ੍ਰਾਈਜ਼ ਇਨਸਾਈਡ। ਉਹਨੂੰ ਮੈਂ ਪੁੱਛਿਆ ਵੀ ਤੁਸੀਂ ਡਾਈਨਿੰਗ ਖੋਲ ਲਿਆ, ਹਾਂ ਉਹ ਕਹਿੰਦੇ ਮੈਨੂੰ ਤਾਂ ਲੱਗਿਆ ਸਾਰੇ ਰੈਸਟੋਰੈਂਟ 'ਚ ਵੈਸੇ ਤਾਂ ਖੁੱਲ ਗਿਆ। ਉਹ ਕਹਿੰਦੀ ਜੀ ਕਿਸੇ ਕਈਆਂ ਨੇ ਖੋਲ ਲਿਆ, ਕਈਆਂ ਨੇ ਬੰਦ ਕੀਤਾ ਹੋਇਆ, ਹਜੇ ਖੁੱਲਿਆ ਨਹੀਂ ਹੈਗਾ ਇਹਨਾਂ ਦਾ। ਉਹ ਠੀਕ ਆ, ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਚੱਲੀਏ ਫਿਰ। ਇਹ ਰੈਸਟੋਰੈਂਟ ਸਮੈਲ ਬਹੁਤ ਸੋਹਣੀ ਆ ਰਹੀ ਹੈ, ਹਣਾ ਕਿੰਨੀ ਘੈਂਟ ਆ ਰਹੀ ਹੈ ਜੀ। ਇਹ ਰੈਸਟੋਰੈਂਟ ਦੇ ਵਿੱਚ ਮੈਂ ਛੇਤੀ ਛੇਤੀ ਚੱਲੀ ਪਹਿਲਾਂ ਆਈ ਹੋਈ ਆ, ਠੰਡੇ ਹੋ ਜਾਣੇ ਆ, ਏਸੀ ਬੰਦ ਕਰ ਦੇ। ਉਹ ਕੌਣ ਕਰ ਰਿਹਾ ਜੀ ਤੁਹਾਨੂੰ ਫੋਨ, ਮੈਨੂੰ ਪਤਾ ਦੱਸੋ ਕਿਹੜੇ ਸ਼ਹਿਰ ਤੁਸੀਂ ਇਸ ਵੇਲੇ ਤੋਂ ਆ ਰਹੇ ਹੋ। ਪਿੰਡ ਵਾਲਾ ਮੁੰਡਾ। ਹੈਲੋ, ਫੋਨ ਕੱਟ ਗਿਆ ਜੀ। ਅੰਗਦ ਜੀ ਸੌਂ ਗਿਆ ਤੇ ਉਹ ਡਰ ਗਿਆ ਵਿਚਾਰਾ, ਰੋਣ ਦੇ ਵਾਲਾ ਮੂੰਹ ਹੋਇਆ ਪਿਆ ਉਹਦਾ। ਤੇ ਆਪਾਂ ਭੂਆ ਜੀ ਦੇ ਘਰ ਕੋਲ ਪਹੁੰਚ ਗਏ ਆ। ਮੈਂ ਤਾਂ ਆਉਣੀ ਉਹ ਰਹਿਣੀ ਹੈਗੀ, ਤੁਸੀਂ ਇੰਨੇ ਮਹੀਨਿਆਂ ਬਾਅਦ ਮਿਲੋਗੇ ਜੀ, ਪਰ ਜਦੋਂ ਵੀ ਭੂਆ ਜੀ ਦੇ ਘਰ ਆਈ ਦਾ ਮੈਨੂੰ ਇੰਨੀ ਕੁ ਖੁਸ਼ੀ ਹੁੰਦੀ ਆ ਨਾ ਜੀ, ਮੇਰੇ ਦਿਲ 'ਚ ਬਹੁਤ ਖੁਸ਼ੀ ਹੁੰਦੀ। ਸਾਡੇ ਦਿਲ ਨੂੰ ਪੁੱਛ ਸੱਜਣਾ, ਮੈਨੂੰ ਬਹੁਤ ਖੁਸ਼ੀ ਹੁੰਦੀ ਆ। ਪਰਦੇਸੀ ਹੋਏ, ਮੈਨੂੰ ਭੂਆ ਜੀ ਹਮੇਸ਼ਾ ਪੁੱਛਦੇ ਲੈ ਜਾਂਦੇ ਹੁੰਦੇ ਸੀ ਕਈ ਵਾਰ। ਜਦੋਂ ਕਾਹਦਾ ਭੁਲੇਖਾ ਪੈ ਗਿਆ ਜੀ ਤੁਹਾਨੂੰ? ਆਪਣੇ ਇੰਡੀਕੇਟਰ ਇਧਰਲੀ ਸਾਈਡ ਤੇ ਹੁਣ ਕੀ ਆ ਦਾ, ਪਹਿਲਾਂ ਮੈਨੂੰ ਉੱਤੇ। ਅੱਛਾ ਅੱਛਾ, ਇੰਡੀਆ ਦੇ ਹਿਸਾਬ ਨਾਲ ਚਲਾਈ ਜਾਂਦੇ ਹੋ ਤੁਸੀਂ ਤੁਸੀਂ ਜੀ ਹੁਣ ਕੈਨੇਡਾ 'ਚ ਹੋ, ਉੱਥੇ ਤਾਂ ਮਾਸਕ ਪਾ ਕੇ ਚਲਾਉਣੀ ਪੈਂਦੀ ਸੀ, ਇੱਥੇ ਮਾਸਕ ਨਹੀਂ ਪਾਇਆ। ਅੰਗਦ ਪਹੁੰਚ ਗਏ ਬੱਚੋ, ਆਪਾਂ ਪਹੁੰਚ ਗਏ। ਵਧੀਆ, ਅੰਗਦ ਸੌਂ ਗਿਆ। ਚਲੋ 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 ਅੰਦਰ ਚੱਲੀਏ। ਖਰਾਬ ਹੋ ਜਾਣੀ ਆ ਦੋ ਦਿਨਾਂ ਦੇ ਵਿੱਚ ਗਰਮੀ ਚ। ਅੰਗਦ ਕੀ ਕਰਦਾ ਬੁਧਰੀ, ਤੂੰ ਚਾਹ ਬਣਾਉਣਾ? ਚਾਹ ਬਣਾਉਣਾ ਮਿੱਠੀ ਹੈ। ਅਸੀਂ ਡੈਡਾ ਕੋਲ ਚੱਲਿਆ ਗਿਆ ਸੀ, ਬਹੁਤ ਵਧੀਆ ਬਨਾਨਾ ਬ੍ਰੈਡ, ਬਹੁਤ ਸੋਹਣੀ ਆ, ਮੈਂ ਵੀ ਖਾਣੀ ਤੇ ਬਨਾਨਾ ਬ੍ਰੈਡ ਤਾਂ ਮੈਂ ਵੀ ਹਾਂਜੀ। ਮੈਂ ਤਾਂ ਕਿਹਾ ਸੀ ਡੈਡਾ ਨੂੰ ਪਛਾਣਨਾ ਨਹੀਂ ਇਹਨੇ। ਮੈਨੂੰ ਕਹਿੰਦਾ ਤੁਸੀਂ ਕੌਣ ਆ ਮੰਮੀ? ਦਿਖਾਈ ਨਹੀਂ ਆਵੀ ਨਾ ਤੁਹਾਨੂੰ ਕਲਿੱਪ? ਦਿਖਾਈ ਮੈਨੂੰ ਉਦੋਂ ਆਉਂਦੇ ਨਹੀਂ। ਐਵੀਂ ਵੀ ਹੈਰਾਨ, ਐਵੀਂ ਕਹਿੰਦਾ ਤੁਹਾਡੇ ਕੋਲ ਕਿਵੇਂ ਜਾਈ ਜਾਂਦਾ? ਮੈਨੂੰ ਵੀ ਧੋਖਾ ਦਿੱਤਾ। ਮੈਂ ਵੀ ਨੂੰ ਪੁੱਛਦੀ ਸੀ, ਮੈਂ ਕਿਹਾ ਵੀ ਮਨੀ ਨੂੰ ਮਨੀ ਕੋਲ ਚਲਿਆ ਗਿਆ ਅੰਗਦ, ਕਹਿੰਦਾ ਲਓ ਮੈਂ ਤੁਹਾਨੂੰ ਦਿਖਾਉਣਾ ਜਾਂ ਦਿਖਾਇਆ, ਤੇਰਾ ਗਲਾ ਹੀ ਫੜੀ ਫਿਰੇ। ਕਹਿੰਦਾ ਮੈਂ ਤਾਂ ਜਾਣਦੇ ਨਹੀਂ ਸ਼ਰਨ ਕੌਣ ਹੁੰਦੀ ਹੈ, ਕਹਿੰਦਾ ਮੈਂ ਤਾਂ ਜਾਣਦੇ ਨਹੀਂ ਮੰਮੀ ਨੂੰ ਕੌਣ ਆ। ਹਾਂਜੀ,
ਸੁੱਤਾ ਤੇ ਉੱਠਿਆ ਨਾ ਹਲੇ ਇੱਕ ਗੱਲ ਇਹ ਨਾ ਰੈੱਡ ਹੋ ਗਈ ਉਹ ਸਾਈਡ ਤੇ ਪਾਸਾ ਐ ਕਰੀ ਪਿਆ ਸੀ ਉਹਦੇ ਤੇ ਸੀਟ ਤੇ ਇੰਨੇ ਕੱਪੜੇ ਕਿਡੇ ਸੀ ਤੇ ਮੇਰੇ ਕੱਪੜੇ ਨਾਲ ਭਰ ਗਿਆ ਇਹਦੇ ਸੂਟ ਵੱਧ ਗਏ ਭੂਆ ਕਹਿ ਰਹੇ ਨੇ ਵੀ ਇਹ ਮੇਰਾ ਸੂਟ ਨਹੀਂ ਹੈਗਾ ਛੰਨ ਕਹਿੰਦੀ ਮੇਰਾ ਨਹੀਂ ਹੈਗਾ ਹੁਣ ਸੂਟ ਕਿਹਦਾ ਵਾ ਇਹ ਸੂਟ ਜੀ ਮੈਨੂੰ ਤਾਂ ਮੇਰੇ ਮੈਂ ਤਾਂ ਨਹੀਂ ਕੋਈ ਗਲਤੀ ਨਾਲ ਕੱਢਣਾ ਭੁੱਲ ਗਿਆ ਨਹੀਂ ਦਿਲ ਤਾਂ ਕਹਿੰਦਾ ਵੀ ਮੇਰਾ ਪਰ ਨਾਪ ਮੈਨੂੰ ਭੂਆ ਜੀ ਦਾ ਲੱਗੀ ਜਾਂਦਾ ਇਹ ਤਾਂ ਭੂਆ ਜੀ ਨੇ ਨਾ ਮੋਟੀ ਸਮਝਦੀ ਹਾਂ ਲੋਕ ਪਤਲੇ ਕੀ ਹੋ ਜਾਂਦੇ ਆ ਦੂਜਿਆਂ ਦਾ ਜਦੀ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਆ ਪਤਲੀ ਨਹੀਂ ਹੈਗੀ ਅੰਗ ਜੜ ਕੋਲ ਹੁਣ ਅੰਗ ਦਾ ਸੀ ਪੜਦਾਨੀ ਨੇ ਸ਼ਾਲ ਭੇਜਿਆ ਇਧਰ ਦੇਖ ਅੰਗ ਦੇ ਪੜਦਾਨੀ ਨੇ ਸ਼ਾਲ ਭੇਜਿਆ ਇਹਨੂੰ ਪਤਾ ਹੀ ਨਹੀਂ ਪੜਦਾਨੀ ਨਾਨੀ ਕੌਣ ਆ ਹਲੇ ਹੈ ਅੰਗ ਦਾ ਟੈਂਟ ਨੇ ਵਰਕਆਊਟ ਗਾਇਸ ਹਾਂਜੀ ਇਹ ਵੱਡੇ ਜਿਮ ਦਾ ਸਮਾਨ ਪੂਰਾ ਬਰਸਾ ਜੀ ਤੇ ਐ ਮੈਨੂੰ ਦੋ ਸੂਟਾਂ ਦਾ ਨਹੀਂ ਪਤਾ ਲੱਗਿਆ ਵੀ ਇਹ ਸੂਟ ਕਿਹਦੇ ਨੇ ਡੋਨੇਟ ਕਰ ਦੋ Let's go, uncle. पंगा ओह माय गॉड डरदा ओनू पता मांगता दा मुंडा जांदा वड खानी है लूसी ने लूसी ओए ओए अंगद 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 आ सीगा आ जा आ जा आ जा आज फ्रेंड आ गया तेरा थोड़े ने जगह नहीं मिलती जहां ना मोदी पूंछ खिंचूगा व्हाट खड़ा हो गया और पाल ली ओदी पूंछ पाल ली अरे क्या वाला पीछे पे अंगद ओ बुदरी ये तो बहुत लंबा है मैं मार गया नहीं दे गंजा कर देना खड़ा होगा पिछे ना गिर जी बेचते दिन अपना सिर मरा ले जी अंगद नहीं हुण वो वेट चक्कू अच्छा वेट चक्कू नहीं आई मैं टच करूंगा लूसी ने पाया ना तेनू ओह माय गॉड ओदा देख के मुंह खा लिया अंगद हाउ आर यू नॉट स्केयर्ड ऑफ दैट ट्राई पाने दो ने कुजे लाते हो हां जी ज्यादा तो भी लग गया कुंजे तेरे अभी भी कुंजे लग गया इनू कुछ कहने भी नहीं आया ना नहीं इनू पता दे दी मैं पता इतना के दिमाग तो हो गई आजा माइकल देख लो कभी सिर ना मरा ले मैनु आई हाँ ਹੋ ਸ਼ੁਕਰਾਨਾ ਨਹੀਂ ਕਾ ਸੱਚ ਨਾ ਬੱਚੇ ਕੇਵਲ ਹਾਏ ਹਾਏ ਲਾ 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 ਕੋਈ ਨਹੀਂ ਮਗਾ ਦੇ ਬੱਚੇ ਸ਼ੋਰ ਆ ਬੱਚੇ ਕਹਿੰਦੇ ਕਹਿੰਦੇ ਕਿਉਂ ਨਹੀਂ ਕੁਛ ਪਤਾ ਨਹੀਂ ਲੂਸੀ ਕਹੂਗਾ ਲੂਸੀ ਦਾ ਨਹੀਂ ਕਹਿੰਦੇ ਹੈ ਲੂਸੀ ਨੂੰ ਦੋ ਦਿਨ ਵਾਲੀ ਹੱਥ ਲਾਣਾ ਲੂਸੀ ਪੈ ਜਾਂਦਾ ਮਗਰ ਉਧਰ ਕਿੱਧਰ ਚੱਲੇ ਆ ਬਹਿ ਜਾ ਐ ਵੀ ਚਾਚੂ ਕਿੱਤੇ ਨੇ ਕਾਲੂ ਚਾਚੂ ਐ ਵੀ ਸੋਹਣੇ ਚਾਚੂ ਕਿੱਤੇ ਨੇ ਸੋਹਣੇ ਚਾਚੂ फिर गर्लफ्रेंड बनाई की जब मैं ग्रेड 9 ਹੁੰਦਾ ਸੀਗਾ ਮੰਮੀ ਨੇ ਕਹਿਣਾ 12ਵੀਂ ਚ ਦੇਖਾਂਗੇ ਗਰਲਫ੍ਰੈਂਡ ਜਦ ਤੱਕ ਕੋਈ ਨਹੀਂ ਬਣਾਉਣੀ ਹੈਗੀ ਫਿਰ ਮੈਂ 12ਵੀਂ ਚ ਹੋਇਆ ਫਿਰ ਮੰਮੀ ਕਹਿੰਦੇ ਯੂਨੀਵਰਸਿਟੀ ਤੱਕ ਨਹੀਂ ਬਣਾਉਣੀ ਹੁਣ ਮੈਂ ਯੂਨੀਵਰਸਿਟੀ ਚ ਹਾਂ ਮੰਮੀ ਕਹਿੰਦੇ ਜਦ ਤੱਕ ਜੌਬ ਨਹੀਂ ਮੇਰਾ ਦੇਖ ਡਿਗਰੀ ਨਹੀਂ ਜੇ ਦੇਖ ਲੈ ਜੌਬ ਮਿਲ ਗਈ ਬਣੇਗਾ ਜਦ ਤੱਕ ਬੱਚਾ ਨਹੀਂ ਹੁੰਦਾ ਚਲੋ ਹੋ ਜੂ ਬੱਚਾ
मैनू लगता है देखा हूं कि चले पुत गदी अच्छा माइक उत्थे बैठा इन्हें देख लिया पुत तेरे सिर ते लगना चलो 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 माइकी माइकी हेलो हाँ जी ओ आ गया अंगद अंगद आ गया तेरे को अंगद आऊँ प्यार जहा वधिया करदा हाँ हाँ देखो 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 ये भी मिला तो पिछे जा रहे हाए ये तो प्यार करदा हाँ चलो ले वाह ਕੀ ਕਰਦਾ ਸੀਗਾ ਕੀ ਕਰਦੀ ਸੀ ਅੰਗਦੀ ਅੰਗਦੀ ਕੀ ਕਰਦੀ ਸੀ ਅੰਗਦੀ ਕੀ ਕਰਦੀ ਸੀ ਬਸ ਹਾਏ ਬਹੁਤ ਕਰਦਾ ਹਾਏ ਖਾਦ ਸਾਂਭ ਕੇ ਰੱਖੀ ਸਰ ਹਾਏ ਵੀ ਦਿੱਤੀ ਹੈ ਨੋਟ ਕਰ ਦੇਖੋ ਰੀਸ ਕਰੂਗਾ ਸਰ ਲਾ ਕੇ ਦੂਜੇ ਪਾਸੇ ਨੂੰ ਕਰ ਨਹੀਂ ਨਾ ਥੱਲੇ ਥੱਲੇ ਨੂੰ ਵੀ ਕਰਦਾ ਹੁੰਦਾ ਐ ਵੀ ਕਰਦਾ ਹੁੰਦਾ ਜਿੱਦਾਂ ਮਰਜ਼ੀ ਕਰ ਲੋ ਸਰ ਹਿਲਾ ਦੇ ਹਾਂ ਕਰਦਾ ਕਰਦਾ ਆਏ ਕਰਦ 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 ਅੰਗਾ ਅੰਗਾ बाय कर दी बाय 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 दोबारा धक्का करता मम्मी का हैंड एडिट कर दे बाय नहीं करने ना कैश किने स्ट्रांग ने छोड़ दा रन करके ओ बिल्ला वॉशरूम च चले गया माइक जेनेटिक्स माइक वॉशरूम च चला गया कोई ना डोर बंद कर दे ओ सीट च गिर सकदा नहीं ले मेरी फिर टू ही दुखन लग गई माड़ी एक शर्ट लाए थी हले तीन पुशअप लाए थे बड़ा तकड़ा यार देखो यही दो चीजा इंपोर्टेंट ने जिंदगी ਵਧੀਆ ਡਾਈਟ ਤੇ ਵਰਕਆਊਟ ਜਿਹੜਾ ਆਪਾਂ ਕਦੀ ਦੈਟਸ ਇਟ ਜਿਹੜਾ ਮੈਂ ਹਮੇਸ਼ਾ ਫੋਲੋ ਕਰ ਲੈਂਦਾ ਇਸ ਤੇ ਕਿਸਾਨ ਮੋਰਚਾ ਇਹ ਵੀ ਬੜਾ ਤਕੜਾ ਪੁਸ਼ਅਪ ਵੀ ਲਾਊਗਾ ਹੁਣ ਦੇਖਿਆ ਕਿਹਨੇ ਪੁਸ਼ਅਪ ਲਾਉਂਦਾ 4 5 6 6 ਉਹ ਵੀ ਬੜਾ ਤਕੜਾ ਹੋ ਗਿਆ ਅੱਗੇ ਨਾਲੋਂ ਤਾਂ ਯਾਰ ਐ ਵੀ ਬੀਜੀ ਐ ਵੀ ਨਾ ਤੁਸੀਂ ਬਾਅਦ ਚ ਥੋੜੀ ਟੂਈ ਟੂਈ ਦੁਖੂਗੀ ਉਹ ਹਵਾ ਹਵਾ ਦੇ ਵਿੱਚ ਬਾਲੇ ਨਾ ਲਾਈ ਜਾਇਓ ਵੀ ਵੀਡੀਓ ਬਣ ਨਹੀਂ ਬਾਲੇ ਤਾਂ ਲਾਈ ਜਾ ਆਇਆ ਇਹ ਤਾਂ ਕਿਹੜਾ ਲੱਗਣੇ ਵਾਲੇ ਨਹੀਂ ਨਹੀਂ ਆਈ نو ਹਿਮ ਟੂ ਵੈਲ मोटा हो गया मैंने फोटो दिखाई बहुत वेट लूज किया ना अभी 3 months 20 pounds ट्रेनिंग लवा ना बस ਤੇ 2 ਮਹੀਨੇ ਲੈ ਲਓ ਤਾਂ ਜਮਾ ਵੀ ਨਹੀਂ ਮੈਂ ਨਹੀਂ ਹੋਰ ਕੁੱਟਿਆ ਹੈ ਵੀ ਤੇ ਹੁਣ ਮੈਂ ਉਹ ਨਹੀਂ ਕਰਿਆ ਹੁਣ ਮੈਂ ਜਵਾਕਾਂ ਵਾਲਾ ਹੋ ਗਿਆ ਇਸ ਕਰਕੇ ਮੈਂ ਜਵਾਕਾਂ ਨੂੰ ਕੁੱਟਣਾ ਚਾਹੁੰਦਾ ਮੈਂ 12 ਸਾਲ ਦਾ ਸੀਗਾ ਮੈਨੂੰ ਕੁੱਟਦੇ ਹੁੰਦੇ ਸੀ ਤੇਰੀ ਲੱਛਣੀ ਆ ਜੀ ਕੀ ਹੈ ਲੱਛਣ ਕਿਉਂ ਜੀ ਇੰਨੇ ਸਾਊ ਬੱਚੇ ਦੇ ਤੇ ਤੁਸੀਂ ਉਹੀ ਲਾ ਦਿੰਨੇ ਹੋਗੇ ਸਾਊ ਸੀਗਾ ਆ ਸਾਊ ਹੈਗਾ ਕਿ ਹੁਣ ਵੀ ਆ ਉਦੋਂ ਦਾ ਥੋੜਾ ਜਿਹਾ ਹੁੰਦਾ ਸੀ ਕੀ ਕਹਿੰਦੇ ਹੁੰਦੇ ਆ ਵੀ ਉਹਨੂੰ ਜਿਹੜੇ ਬੱਚਿਆਂ ਨੂੰ ਛੇਤੀ ਸਮਝ ਨਹੀਂ ਆਉਂਦੀਆਂ ਦੀ ਚੀਜ਼ਾਂ ਰਿਟਾਰਡ ਉਹ ਸਾਊ ਹੁੰਦੇ ਨੇ ਰਿਟਾਰਡ ਸੀਗਾ ਉਦੋਂ ਦਾ ਬੇਟਾ ਐਕਸਕਿਊਜ਼ ਮੀ ਹੁਣ ਵਧੀਆ ਹੋਇਆ ਨਹੀਂ ਨਹੀਂ ਇਹ ਤਾਂ ਬਹੁਤ ਯਾਰ ਬਾਲਾ ਵਧੀਆ ਵੀ ਫਸਟ ਕਲਾਸ ਸਾਰਾ ਇੰਨਾ ਸੋਹਣਾ ਸੁਨੱਖਾ ਲੰਬਾ ਲੰਜਾ ਇੰਨੀ ਵਧੀਆ ਪੜ੍ਹਾਈ ਕਰਦਾ ਵਾ
ਇੱਕ ਵਾਰ ਡਰੱਗ ਡਰੁੱਗ ਦੀ ਥੋੜ੍ਹੀ ਜਿਹੀ ਪ੍ਰੋਬਲਮ ਆ, ਬਾਕੀ ਦਾ ਠੀਕ ਆ ਕੰਮ। ਅੰਕਲ ਮਤਲਬ ਕੀ ਕਰਨਾ ਤੂੰ? ਵੀ ਡਰੱਗ ਡਰੁੱਗ ਇਹਨਾਂ ਦੀ ਪੜ੍ਹਾਈ ਦੇ ਵਿੱਚ ਤੂੰ ਉਰੇ ਆਲੂ ਖਾਣ ਲੱਗ ਗਿਆ। ਭੂਆ ਦੇ ਆਲੂ ਮੁਕਾਉਣੇ ਆ ਤੇ ਭੂਆ ਕੇ ਆਲੂ ਮੁਕਾਉਣੇ ਆ ਤੇ ਮੂੰਹ ਕਿਵੇਂ ਲਿਬੜਿਆ ਤੇਰਾ ਗੁੱਗੀ ਬੋਏ? ਹਾਂਜੀ 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 ਨਹੀਂ, ਮੇਰੀ ਬੁਗੜੀ ਨੂੰ ਧੁੱਪੀਆਂ ਲੱਗਦੀਆਂ ਨੇ ਅੰਗਤ, ਧੁੱਪੀਆਂ ਲੱਗਦੀਆਂ ਨੇ ਤੈਨੂੰ? ਧੁੱਪ ਲੱਗਦੀ ਹੈ ਪੁੱਤ? ਹਾਂ, ਇੱਥੇ ਹੋਣਾ ਚਾਹੀਦਾ ਕੁਛ ਹੈ ਨਾ, ਇੱਥੇ ਜੇ ਵੀ ਇਹਨੂੰ ਧੁੱਪ ਨਾ ਲੱਗੇ ਮੈਂ ਕਦੇ ਇਹਦੇ ਹੱਥ ਰੱਖ ਲੈਂਦੀ ਹੈਗੀ, ਕਦੇ ਚਲੋ ਫਿਰ ਗੱਡੀ ਮੁੜਦੀ ਆ ਫਿਰ ਲਾਈਟ ਉੱਧਰਲੇ ਪਾਸੇ ਹੋ ਜਾਂਦਾ। ਕੁਛ ਕਹਿਣਾ ਪੁੱਤ? ਕੀ ਕਹਿਣਾ ਤੁਸੀਂ? ਸੋ ਮਨਿੰਦਰ ਜੀ ਆਪਣੇ ਫਰੈਂਡ ਦੀ ਵੇਟ ਕਰ ਰਹੇ ਨੇਗੇ, ਬਾਹਰ ਮਿਲਣਾਗੇ। ਤੁਹਾਨੂੰ ਥੋੜ੍ਹਾ ਥੋੜ੍ਹਾ ਦਿਖਦਾ ਹੋਣਾ।